ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਜੀ ਸਾਡੀ YouTube ਚੈਨਲ ਖਰੀਕਾ ਜੌਬ ਅਲਰਟ ਤੇ ਦੋਸਤੋ ਜੇਕਰ ਤੁਸੀਂ ਚੈਨਲ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਹਰ ਨਵੀਂ ਅਪਡੇਟ ਦੇ ਲਈ ਦੋਸਤੋ ਅੱਜ ਦੀ ਭਰਤੀ ਲੈ ਕੇ ਆ ਤੁਹਾਡੇ ਲਈ ਆਰਮੀ ਕੰਟੇਨ ਦੀ ਫੋਰਸ ਕੰਟੇਨ ਖਾਸਾ ਅਮਰਸਰ ਵੱਲੋਂ ਭਰਤੀ ਲੈ ਕੇ ਆਏ ਦੋਸਤੋ ਆਰਮੀ ਕੰਟੇਨ ਦੇ ਵਿੱਚ ਭਰਤੀ ਨਿਕਲਦੀ ਹੁੰਦੀ ਆ ਕਦੇ-ਕਦੇ ਭਰਤੀ ਨਿਕਲਦੀ ਆ ਇਹ ਤੇ ਇਹਦੇ ਸਬੰਧੀ ਹੁਣ ਲੇਟੈਸਟ ਭਰਤੀ ਨਿਕਲੀ ਹੋਇਆ ਖਾਸਾ ਵਿਖੇ ਖਾਸਾ ਦੋਸਤੋ ਅਮਰਸਰ ਦੇ ਅ ਨਜ਼ਦੀਕ ਇੱਕ ਜਗ੍ਹਾ ਖਾਸਾ ਠੀਕ ਹੈ ਅੰਮ੍ਰਿਤਸਰ ਵਾਲਿਆਂ ਨੂੰ ਇਹਦਾ ਪਤਾ ਹੋਣਾ ਅਪਲਾਈ ਕਿਤੋਂ ਵੀ ਕਰ ਸਕਦੇ ਹੋ ਪੰਜਾਬ ਦੇ ਕਿਸੇ ਵੀ ਕੋਨੇ ਤੋਂ ਹੈਗੇ ਹੋ ਤੁਸੀਂ ਅਪਲਾਈ ਕਰ ਸਕਦੇ ਹੋ ਇਸ ਭਰਤੀ ਦੇ ਲਈ ਤੇ ਇਹਦੇ ਵਿੱਚ ਕੀ ਕੀ ਰਿਕੁਆਇਰਮੈਂਟ ਆ ਪੂਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲੇਗੀ ਚੈਨਲ ਨੂੰ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਲਓ ਤਾਂਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਫੋਨ ਤੇ ਆਉਂਦਾ ਰਹੇ ਕਿਉਂਕਿ ਅਸੀਂ ਵੀਡੀਓ ਜਦੋਂ ਪਾਵਾਂਗੇ ਜੇ ਤੁਸੀਂ ਬੈਲ ਆਈਕਨ ਦਬਾ ਕੇ ਰੱਖੋਗੇ ਤਾਂ ਨੋਟੀਫਿਕੇਸ਼ਨ ਤੁਹਾਨੂੰ ਪ੍ਰਾਪਤ ਹੋਏਗਾ ਜਿਵੇਂ ਮੈਸੇਜ ਆਉਂਦਾ ਫੋਨ ਤੇ ਉਦਾਂ ਹੀ ਤੁਹਾਨੂੰ ਮੈਸੇਜ ਆਇਆ ਕਰੇਗਾ ਕਿ ਹਾਂਜੀ ਨਵੀਂ ਵੀਡੀਓ ਪੈ ਚੁੱਕੀ ਆ ਤਾਂ ਕਿ ਤੁਹਾਡੇ ਤੋਂ ਕੋਈ ਵੀਡੀਓ ਮਿਸ ਨਾ ਹੋਵੇ ਤੇ ਤੁਸੀਂ ਅਪਲਾਈ ਕਰ ਸਕੋ ਜਿਹਦੇ ਜਿਹਦੇ ਵਿੱਚ ਵੀ ਤੁਹਾਡੀ ਐਲੀਜੀਬਿਲਟੀ ਆਉਂਦੀ ਆ ਤੇ ਅੱਜ ਦੀ ਜਿਹੜੀ ਮੈਂ ਭਰਤੀ ਲੈ ਕੇ ਆਇਆ ਉਹ 5ਵੀਂ ਪਾਸ ਵਾਲਿਆਂ ਲਈ ਆ 10ਵੀਂ ਪਾਸ ਵਾਲਿਆਂ ਲਈ ਆ ਬੀਕਾਮ ਵਾਲਿਆਂ ਲਈ ਆ ਠੀਕ ਹੈ ਤਾਂ ਹਰ ਕੈਂਡੀਡੇਟ ਲਈ ਲਗਭਗ ਇਹ ਭਰਤੀ ਹੈਗੀ ਆ ਇਦੇ ਵਿੱਚ ਦੋਸਤੋ ਕੁਆਲੀਫਾਈਡ ਪਰਸਨ ਜਿਹੜੇ ਅਪਲਾਈ ਕਰ ਸਕਦੇ ਆ ਕੰਟਰੈਕਟ ਬੇਸਿਸ ਤੇ ਇਹ ਭਰਤੀ ਹੈ ਜੀ ਕੰਟਰੈਕਟ ਜਿਹੜਾ ਚੱਲਣਾ 16 April 2023 ਤੋਂ ਲੈ ਕੇ 31 March 2024 ਤੱਕ ਇਹ ਕੰਟਰੈਕਟ ਚੱਲਣਾ ਹੈ ਇੱਕ ਸਾਲ ਦਾ ਕੰਟਰੈਕਟ ਹੈ ਜੀ ਲਗਭਗ ਲਗਭਗ ਇੱਕ ਸਾਲ ਦਾ ਕੰਟਰੈਕਟ ਹੈ ਜਿਹਦੇ ਵਿੱਚ ਪਹਿਲੀ ਜਿਹੜੀ ਵੈਕੈਂਸੀ ਆ ਅਕਾਊਂਟੈਂਟ ਦੀ ਇੱਕ ਵੈਕੈਂਸੀ ਹੈ ਜੀ ਅਕਾਊਂਟੈਂਟ ਦੀ ਪੋਸਟ ਦੇ ਲਈ ਤੇ ਬੀਕਾਮ ਤੁਸੀਂ ਇਹਦੇ ਲਈ ਕੀਤੀ ਹੋਵੇ ਐਕਸਪੀਰੀਅੰਸ ਤੁਹਾਡਾ ਹੋਵੇ ਅਕਾਊਂਟਸ ਤੇ ਕੰਪਿਊਟਰਸ ਦੀ ਨੌਲੇਜ ਤੁਹਾਨੂੰ ਹੋਣੀ ਚਾਹੀਦੀ ਆ ਤੇ ਇਹਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਜੇਕਰ ਤੁਸੀਂ ਬੀਕਾਮ ਕੀਤੀ ਐਕਸਪੀਰੀਅੰਸ ਚਾਹੇ ਤੁਹਾਡਾ ਕਿਸੇ ਵੀ ਫਰਮ ਦਾ ਚਾਹੇ ਕੋਈ ਪ੍ਰਾਈਵੇਟ ਆ ਚਾਹੇ ਸੈਮੀ ਗਵਰਨਮੈਂਟ ਆ ਕਿਸੇ ਵੀ ਫਰਮ ਦਾ ਤੁਹਾਡਾ ਐਕਸਪੀਰੀਅੰਸ ਹੈਗਾ ਨਾਲ ਐਕਸਪੀਰੀਅੰਸ ਆਪਣਾ ਅਟੈਚ ਕਰਕੇ ਅਪਲਾਈ ਕਰ ਸਕਦੇ ਹੋ ਬੀਕਾਮ ਤੁਸੀਂ ਕੀਤੀ ਹੋਣੀ ਚਾਹੀਦੀ ਆ ਤੇ ਉਮਰ ਦੀ ਕੋਈ ਦਿੱਕਤ ਨਹੀਂ 18 ਤੋਂ 37 ਵਾਲੇ ਅਪਲਾਈ ਕਰ ਸਕਦੇ ਆ ਤੇ ਸੈਲਰੀ ਇਹਦੇ ਵਿੱਚ ਕਾਫੀ ਅੱਛੀ ਮਿਲਦੀ ਹੁੰਦੀ ਆ ਆਰਮੀ ਕੰਟੇਨ ਦੇ ਵਿੱਚ ਬਾਕੀ ਹੋਰ ਸਹੂਲਤਾਂ ਸੁਖ-ਸੁਲਤਾ ਵੀ ਮਿਲਦੀਆਂ ਬਿਲਿੰਗ ਕਲਰਕ ਦੀ ਪੋਸਟ ਹੈ ਜੀ ਚਾਰ ਪੋਸਟਾਂ ਬਿਲਿੰਗ ਕਲਰਕ ਦੀਆਂ ਠੀਕ ਹੈ ਬਿਲਿੰਗ ਕਰਨੀ ਹੁੰਦੀ ਆ ਭਾਵ ਕਿ ਤੁਸੀਂ ਜਿਵੇਂ ਆਰਮੀ ਦੇ ਵਿੱਚ ਜੋ ਵੀ ਸਮਾਨ ਵਗੈਰਾ ਲੈਂਦੇ ਆ ਠੀਕ ਹੈ ਤਾਂ ਉਹਨਾਂ ਦੀ ਤੁਸੀਂ ਬਿਲਿੰਗ ਕਰਨੀ ਹੁੰਦੀ ਹੈ ਸਮਾਨ ਵਗੈਰਾ ਚੈੱਕ ਕਰਕੇ ਜਿਵੇਂ ਈਜ਼ੀ ਡੇ ਵਗੈਰਾ ਚ ਹੁੰਦਾ ਠੀਕ ਹੈ ਤੁਸੀਂ ਦੇਖਿਆ ਹੀ ਹੋਣਾ ਤੇ ਉਸ ਤੋਂ ਬਾਅਦ ਜੀ ਚਾਰ ਪੋਸਟਾਂ ਬਿਲਿੰਗ ਕਲਰਕ ਦੀਆਂ 10ਵੀਂ ਪਾਸ ਤੁਸੀਂ ਹੋਣੇ ਚਾਹੀਦੇ ਹੋ 10ਵੀਂ ਤੁਸੀਂ ਕੀਤੀ ਹੋਵੇ ਕਿਸੇ ਵੀ ਬੋਰਡ ਤੋਂ 10ਵੀਂ ਕੀਤੀ ਆ ਪਰਸੈਂਟੇਜ ਚਾਹੇ ਤੁਹਾਡੀ ਕਿੰਨੀ ਵੀ ਆ ਕੋਈ ਦਿੱਕਤ ਨਹੀਂ ਤੇ ਕੈਪੇਬਲ ਹੋਣੇ ਚਾਹੀਦੇ ਹੋ ਤੁਸੀਂ ਬਿਲਿੰਗ ਕੰਪਿਊਟਰ ਤੇ ਕਰਨੀ ਭਾਵ ਕਿ ਕੰਪਿਊਟਰ ਦੀ ਤੁਹਾਨੂੰ ਨੌਲੇਜ ਹੋਣੀ ਜ਼ਰੂਰੀ ਆ ਕਿਉਂਕਿ ਜਿਹੜੀ ਬਿਲਿੰਗ ਆ ਉਹ ਕੰਪਿਊਟਰ ਦੇ ਹੋਣੀ ਆ ਠੀਕ ਹੈ ਉਥੇ ਕਹਿ ਲਓ ਕਿ ਅ ਟਚਿੰਗ ਡਿਵਾਈਸਸ ਹੁੰਦੀਆਂ ਨੇ ਤਾਂ ਉਹ ਤੁਸੀਂ ਸਕਰੀਨ ਟੱਚ ਡਿਵਾਈਸਸ ਲੱਗੀਆਂ ਹੁੰਦੀਆਂ ਬਿਲਿੰਗ ਦੇ ਲਈ ਤਾਂ ਤੁਸੀਂ ਉਹ ਜਿਵੇਂ ਪ੍ਰੋਡਕਟ ਚੂਜ਼ ਕਰਨਾ ਉਹਦੀ ਕੁਆਂਟੀਟੀ ਚੂਜ਼ ਕਰਨੀ ਹੈ ਉਦੋਂ ਬਿਲਿੰਗ ਕੰਪਿਊਟਰ ਤੇ ਹੁੰਦੀ ਹੈ ਉਸ ਤੋਂ ਬਾਅਦ ਜੀ ਸੇਲਜ਼ ਪਰਸਨ ਦੀਆਂ ਪੋਸਟਾਂ ਚਾਰ ਪੋਸਟਾਂ ਸੇਲਜ਼ ਪਰਸਨ ਦੀਆਂ ਸੇਲਜ਼ ਪਰਸਨ ਤੁਸੀਂ ਦੇਖਿਆ ਹੋਣਾ ਸੂਪਰ ਸਟੋਰ ਦੇ ਵਿੱਚ ਕੀ ਕਈ ਵਾਰ ਇਹ ਹੁੰਦਾ ਕਿ ਉੱਥੇ ਸੇਲਜ਼ ਪਰਸਨ ਘੁੰਮਦੇ ਹੁੰਦੇ ਆ ਸਟੋਰ ਦੇ ਵਿੱਚ ਉਧਰੋਂ ਦੱਸਦੇ ਹੁੰਦੇ ਆ ਕਿ ਹਾਂਜੀ ਆ ਚੀਜ਼ ਇੱਥੇ ਪਈ ਆ ਚੀਜ਼ ਇੱਥੇ ਪਈ ਆ ਠੀਕ ਆ ਤਾਂ ਉਹ ਸੇਲਜ਼ ਪਰਸਨ ਦੀਆਂ ਪੋਸਟਾਂ ਚਾਰ ਪੋਸਟਾਂ ਸੇਲਜ਼ ਪਰਸਨ ਦੀਆਂ ਦਸਵੀਂ ਪਾਸ ਤੁਸੀਂ ਹੋਣੇ ਚਾਹੀਦੇ ਹੋ ਤੇ ਬਿਲਿੰਗ ਤੁਹਾਨੂੰ ਕੰਪਿਊਟਰ ਤੇ ਕਰਨੀ ਆਉਣੀ ਚਾਹੀਦੀ ਆ ਤਾਂ ਕਿ ਸੇਲਜ਼ ਪਰਸਨ ਨੂੰ ਬਿਲਿੰਗ ਤਾਂ ਆਉਣੀ ਚਾਹੀਦੀ ਆ ਕਈ ਵਾਰ ਕਲਰਕ ਅਵੇਲੇਬਲ ਨਹੀਂ ਹੁੰਦੇ ਠੀਕ ਆ ਜਾਂ ਅਰਾਸ ਜਿਆਦਾ ਹੋ ਜਾਂਦਾ ਉਸ ਕਰਕੇ ਸੇਲਜ਼ ਪਰਸਨ ਵੀ ਬਿਲਿੰਗ ਕਰਨ ਦੇ ਯੋਗ ਹੋਵੇ ਇਸ ਕਰਕੇ ਸੇਲਜ਼ ਪਰਸਨ ਤੋਂ ਵੀ ਕੈਪੇਬਲ ਹੋਣਾ ਚਾਹੀਦਾ ਸੇਲਸ ਪਰਸਨ ਕੰਪਿਊਟਰ ਤੇ ਬਿਲਿੰਗ ਕਰਨ ਦੇ ਲਈ 10ਵੀਂ ਕੁਆਲਿਫਿਕੇਸ਼ਨ ਹੋਵੇ ਉਸ ਤੋਂ ਬਾਅਦ ਜੀ ਗਾਰਡਨਰ ਜਾਂ ਫਿਰ ਹੈਲਪਰ ਠੀਕ ਹੈ ਜਿਵੇਂ ਤੁਸੀਂ ਜਿਹਨੂੰ ਤੁਸੀਂ ਮਾਲੀ ਕਹਿੰਦੇ ਹੋ ਮਾਲੀ ਜਾਂ ਫਿਰ ਸੇਵਾਦਾਰ ਦੀ ਇਹ ਪੋਸਟ ਹੈ ਦੋ ਪੋਸਟਾਂ ਨੇ ਪੰਜਵੀਂ ਪਾਸ ਕੈਂਡੀਡੇਟ ਅਪਲਾਈ ਕਰ ਸਕਦੇ ਆ ਜਿਨੇ ਪੰਜਵੀਂ ਪਾਸ ਕੀਤੀ ਹੋਈ ਆ ਤੁਹਾਡੇ ਕੋਲ ਪੰਜਵੀਂ ਪਾਸ ਦਾ ਸਰਟੀਫਿਕੇਟ ਹੋਣਾ ਜ਼ਰੂਰੀ ਆ ਗਾਰਡਨਰ ਜਾਂ ਹੈਲਪਰ ਦੀ ਪੋਸਟ ਦੇ ਲਈ ਅਪਲਾਈ ਕਰਨ ਦੇ ਲਈ ਜੇਕਰ ਤੁਹਾਡੇ ਕੋਲ 8ਵੀਂ ਪਾਸ ਦਾ ਸਰਟੀਫਿਕੇਟ ਹੈਗਾ ਤਾਂ ਵੀ ਕੋਈ ਦਿੱਕਤ ਨਹੀਂ 8ਵੀਂ ਪਾਸ ਦਾ ਵੀ ਸਰਟੀਫਿਕੇਟ ਤੁਸੀਂ ਨਾਲ ਲਗਾ ਸਕਦੇ ਆ ਜੇਕਰ 5ਵੀਂ ਦਾ ਨਹੀਂ ਹੈਗਾ ਕਿਉਂਕਿ ਕਈ ਵਾਰੀ ਬੋਰਡ ਦੀ ਕਲਾਸ ਨਹੀਂ ਹੁੰਦੀ ਸੀ 5ਵੀਂ ਠੀਕ ਹੈ ਤਾਂ ਤੁਸੀਂ 8ਵੀਂ ਦਾ ਵੀ ਸਰਟੀਫਿਕੇਟ ਲਗਾ ਸਕਦੇ ਹੋ ਤੇ ਉਸ ਤੋਂ ਬਾਅਦ ਜੀ ਆਪਣਾ ਤੁਸੀਂ ਇੱਕ ਰੈਜ਼ਿਊਮੇ ਬਣਾ ਲੈਣਾ ਰੈਜ਼ਿਊਮੇ ਬਣਾਉਣ ਤੋਂ ਬਾਅਦ ਉਹਦੇ ਨਾਲ ਫੋਟੋ ਕਾਪੀਜ਼ ਆਪਣੀਆਂ ਅਟੈਚ ਕਰ ਦੇਣੀਆਂ ਜੋ ਵੀ ਜਿਵੇਂ ਕੁਆਲਿਫਿਕੇਸ਼ਨ ਮੰਨ ਲਓ 10ਵੀਂ ਮੰਗੀ ਆ ਤਾਂ ਇਹਦੇ ਚ 10ਵੀਂ ਦਾ ਸਰਟੀਫਿਕੇਟ ਹੋ ਜਾਏਗਾ ਜੇਕਰ ਤੁਸੀਂ ਮੰਨ ਲਓ ਆਧਾਰ ਕਾਰਡ ਵਗੈਰਾ ਹੋ ਜਾਏਗਾ ਤੁਹਾਡਾ ਜੋ ਵੀ ਆਈਡੀ ਪ੍ਰੂਫ ਹੋ ਜਾਣਗੇ ਠੀਕ ਹੈ ਤੇ ਕੋਈ ਐਕਸਪੀਰੀਅੰਸ ਹੈਗਾ ਤੁਹਾਡੇ ਕੋਲ ਉਹ ਨਾਲ ਲਗਾ ਦਿਓ ਦੀ ਫੋਟੋ ਕਾਪੀ ਤਾਂ ਇਹ ਸਾਰਾ ਬਾਇਓ ਡਾਟਾ ਆਪਣਾ ਕਰਕੇ ਠੀਕ ਆ ਜੀ ਇਹ ਸਾਰਾ ਤੁਸੀਂ ਭੇਜ ਦੇਣਾ 20 ਫਰਵਰੀ 2023 ਲਾਸਟ ਡੇਟ ਆ ਜੀ ਲਾਸਟ ਡੇਟ ਨੋਟ ਕਰ ਲਓ 20 ਫਰਵਰੀ 2023 ਤੱਕ ਤੁਹਾਡੇ ਫਾਰਮ ਉੱਥੇ ਪਹੁੰਚ ਜਾਣੇ ਚਾਹੀਦੇ ਆ ਜਾਨੀ ਕਿ 20 ਤੋਂ ਤੁਸੀਂ 2 ਦਿਨ ਪਹਿਲਾਂ ਆਪਣੇ ਫਾਰਮ ਭੇਜਣ ਦੀ ਜਿਹੜੀ ਖੇਚਲ ਕਰਨੀ ਆ ਇਹ ਨਹੀਂ ਕਿ ਉਹ ਤੁਸੀਂ 19 ਨੂੰ ਕਰ ਰਹੇ ਹੋ ਤੁਹਾਡਾ 20 ਤੋਂ ਨਾ ਪਹੁੰਚੇ ਉੱਥੇ ਲੇਟ ਹੋ ਜੇ ਤਾਂ ਫਿਰ ਦਿੱਕਤ ਆ ਜਾਣੀ ਠੀਕ ਆ ਜੀ ਤਾਂ ਇਹ ਚੀਜ਼ ਆ ਜੀ 20 ਤੋਂ ਪਹਿਲਾਂ ਫਾਰਮ ਪਹੁੰਚਣਾ ਚਾਹੀਦਾ ਐਡਰੈਸ ਨੋ f a u r c force dot uh, sorry force comma headquarter hq 23 ਤੇ ਆ ਬ੍ਰੈਕਟ ਚ i ਪਾ ਦੇਣੀ ਆ ਆਰਮਡ ਬੀ ਡੀ ਈ ਠੀਕ ਹੈ ਜੀ ਤਾਂ ਇਹ ਇਹਦਾ ਐਡਰੈਸ ਹੈ ਜੀ ਪੂਰਾ ਤੇ ਇਹਦਾ ਪਿੰਨ ਕੋਡ ਤੁਸੀਂ ਨਾਲ ਪਾ ਦੇਣਾ ਖਾਸਾ ਅਮਰਿਤਸਰ ਦਾ ਪਿੰਨ ਕੋਡ ਤੁਸੀਂ ਗੂਗਲ ਕਰਕੇ ਤੇ ਨਾਲ ਤੁਸੀਂ ਪਾ ਦੇਣਾ ਇਨਵੈਲਪ ਦੇ ਉੱਪਰ ਇਹ ਐਡਰੈਸ ਲਿਖਣਾ ਜੀ ਫੋਰਸ ਐਚ ਕਿਊ 23 ਬ੍ਰੈਕਟ ਚ ਆਈ ਏ ਆਰ ਐਮ ਡੀ ਬੀ ਡੀ ਈ ਠੀਕ ਹੈ ਜੀ ਨਾਲ ਪਿੰਨ ਕੋਡ ਪਾ ਦੇਣਾ ਖਾਸਾ ਅਮ੍ਰਿਤਸਰ ਨਾਲ ਲਿਖ ਦਿਓ ਤੇ ਉਸ ਤੋਂ ਬਾਅਦ ਜੀ ਫਾਰਮ ਭੇਜਣਾ ਤੁਹਾਡਾ ਜ਼ਰੂਰੀ ਆ ਉਸ ਤੋਂ ਬਾਅਦ ਜੀ ਇੰਟਰਵਿਊ ਹੈ ਜਿਹੜੀ एलिजिਬਲ ਕੈਂਡੀਡੇਟਸ ਦੀ ਉਹ 10 ਤੇ 11 ਮਾਰਚ ਨੂੰ ਕੰਡਕਟ ਕੀਤੀ ਜਾਏਗੀ 10 ਤੇ 11 ਮਾਰਚ 2023 ਨੂੰ ਟੂ ਰਿਪੋਰਟ ਬਾਈ 8:00 ਐਮ ਐਟ ਫੋਰ ਸੈਡ ਕੁਆਟਰ 23 ਆਰਮਡ ਬੀਡੀ ਅਲੋਂਗ ਵਿਦ ਸੀਬੀ ਐਂਡ origignal ਡਾਕੂਮੈਂਟਸ ਠੀਕ ਹੈ ਜੀ ਤਾਂ ਤੁਹਾਨੂੰ ਕਾਲ ਵਗੈਰਾ ਆਏਗੀ ਜੋ ਤੁਸੀਂ ਅਪਲਾਈ ਕਰੋਗੇ ਅਪਲਾਈ ਕਰਨ ਤੋਂ ਬਾਅਦ ਤੁਹਾਨੂੰ ਫੋਨ ਆਏਗਾ ਉਹਨਾਂ ਵੱਲੋਂ ਉਹ ਤੁਹਾਨੂੰ ਦੱਸਣਗੇ ਕਿ ਤੁਸੀਂ ਐਲੀਜੀਬਲ ਹੈਗੇ ਹੋ ਜਾਂ ਨਹੀਂ ਹੈਗੇ ਤਾਂ ਫਿਰ ਜਿਹੜੇ ਕੈਂਡੀਡੇਟ ਐਲੀਜੀਬਲ ਹੋਣਗੇ ਉਹਨਾਂ ਦਾ ਇੰਟਰਵਿਊ ਜਿਹੜਾ 10 ਤੇ 11 ਮਾਰਚ 2023 ਨੂੰ ਕੰਡਕਟ ਕੀਤਾ ਜਾਣਾ ਜੀ ਤੇ ਇਹ 8 ਵਜੇ ਤੁਸੀਂ ਰਿਪੋਰਟਿੰਗ ਟਾਈਮ ਹੋਏਗਾ ਤੇ ਪਹੁੰਚਣਾ ਉਹੀ ਐਡਰੈਸ ਹੈ ਜੀ ਫੋਰਸ ਐਚਕਯੂ 23 ਆਰਮਡ ਬੀਡੀ ਠੀਕ ਹੈ ਇਹ ਤੁਸੀਂ ਗੂਗਲ ਕਰਕੇ ਐਡਰੈਸ ਦੇਖ ਲੈਣਾ ਨੀਮਾ ਡਿਸਕ੍ਰਿਪਸ਼ਨ ਚ ਤੁਹਾਡਾ ਜਿਹੜਾ Google Map ਦਾ ਐਡਰੈਸ ਹੋਏਗਾ ਉਹਦਾ ਮੈਂ ਡਿਸਕ੍ਰਿਪਸ਼ਨ ਲਿੰਕ ਪਾ ਦੇਣਾ ਜਿੱਥੇ ਤੁਸੀਂ ਐਡਰੈਸ ਫਾਈਂਡ ਕਰ ਸਕਦੇ ਹੋ ਠੀਕ ਆ ਜੀ ਤੇ ਉਹਦੇ ਨਾਲ ਜੋ ਤੁਸੀਂ ਇੰਟਰਵਿਊ ਤੇ ਜਾਣਾ ਤਾਂ ਉਹੀ ਆਪਣਾ ਰੈਜ਼ੂਮੇ ਨਾਲ ਲੈ ਕੇ ਜਾਣਾ ਹੁੰਦਾ ਜਿਹੜਾ ਤੁਸੀਂ ਉੱਥੇ ਭੇਜੋਗੇ ਤੇ ਨਾਲ ਆਪਣੇ origignal documents ਲੈ ਕੇ ਜਾਣਾ ਤੇ ਕੰਟੈਕਟ ਨੰਬਰ ਨੋਟ ਕਰ ਲਓ ਜੀ 99158 88323 ਇਹਨਾਂ ਦਾ ਸੰਪਰਕ ਨੰਬਰ ਹੈ ਕੁਝ ਵੀ ਨਹੀਂ ਪਤਾ ਲੱਗ ਰਿਹਾ ਕਮੈਂਟ ਸੈਕਸ਼ਨ ਇਹਨਾਂ ਨੂੰ ਫੋਨ ਕਰਕੇ ਸੰਪਰਕ ਕਰ ਸਕਦੇ ਹੋ ਤੇ ਪ੍ਰੈਫਰੈਂਸ ਜਿਹੜੀ ਦਿੱਤੀ ਜਾਏਗੀ ਡਿਪੈਂਡੈਂਟਸ ਆਫ ਸਰਵਿੰਗ অর ਐਕਸ ਸਰਵਿਸਮੈਨ ਪਰਸਨਲ ਐਂਡ ਓਨੋਰੇਰੀਅਮ ਡਿਸਾਈਡਡ ਬਾਏ ਬੋਰਡ ਆਫ ਆਫੀਸਰਸ ਤਾ ਪ੍ਰੈਫਰ ਕੀਤਾ ਜਾਏਗਾ ਜੋ ਵੀ ਐਕਸ ਸਰਵਿਸਮੈਨ ਦੇ ਬੱਚੇ ਹੋਣਗੇ ਠੀਕ ਹੈ ਉਹਨਾਂ ਨੂੰ ਪ੍ਰੈਫਰ ਕੀਤਾ ਜਾਏਗਾ ਹਾਲਾਂਕਿ ਇਹ ਜ਼ਰੂਰੀ ਨਹੀਂ ਹੈਗਾ ਕਿ ਸਿਰਫ ਉਹਨਾਂ ਉਹੀ ਕੈਂਡੀਡੇਟ ਸਿਲੈਕਟ ਹੋਣ ਜੇਕਰ ਤੁਹਾਡੇ ਚ ਕਾਬਿਲਤ ਹੋਗੀ ਤਾਂ ਤੁਸੀਂ ਵੀ ਸਿਲੈਕਟ ਹੋ ਸਕਦੇ ਜਿਹੜੇ ਵੀ ਫਰੈਸ਼ਰ ਕੈਂਡੀਡੇਟ ਹੋਣਗੇ ਠੀਕ ਹੈ ਜੀ ਤਾਂ ਇਹ ਸਾਰਾ ਇਹਦਾ ਬਾਰ ਡਾਟਾ ਤੇ ਕੋਈ ਵੀ ਫੀਸ ਨਹੀਂ ਐਪਲਾਈ ਕਰਨ ਦੀ 18 ਤੋਂ 37 ਉਮਰ ਹੱਦ ਹੈ ਜੀ ਤੇ ਰੈਜ਼ਿਊਮ ਆਪਣਾ ਬਣਾ ਲੈਣਾ ਜਿਹਦਾ ਵੀ ਰੈਜ਼ਿਊਮ ਨਹੀਂ ਬਣਾਇਆ ਹੋਇਆ ਆਪਣਾ ਕਿਤੇ ਨੇੜੇ ਦੇ ਇੰਟਰਨੈਟ ਕਾਫੇ ਤੋਂ ਜਾ ਕੇ ਆਪਣਾ ਰੈਜ਼ਿਊਮੇ ਬਣਾ ਸਕਦੇ ਹੋ ਬਾਕੀ ਕੁਝ ਨਹੀਂ ਪਤਾ ਲੱਗ ਰਿਹਾ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰੋ ਐਡਰੈਸ ਵਗੈਰਾ ਮੈਂ ਤੁਹਾਨੂੰ ਗੂਗਲ ਮੈਪ ਦਾ ਉਹ ਡਿਸਕ੍ਰਿਪਸ਼ਨ ਦੇ ਰਿਹਾ ਤੇ ਵੈਸੇ ਵੀ ਇਹਦਾ ਐਡਰੈਸ ਮੈਂ ਤੁਹਾਨੂੰ ਜਿਹੜਾ Envelop ਦੇ ਉੱਪਰ ਲਿਖਣਾ ਤੁਸੀਂ ਉਹ ਵੀ ਮੈਂ ਤੁਹਾਨੂੰ ਡਿਸਕ੍ਰਿਪਸ਼ਨ 'ਚ ਲਿਖ ਦੂੰਗਾ ਇੱਕ ਵਾਰ ਤਾਂ ਕਿ ਕਿਸੇ ਕੰਮ ਨੂੰ ਦਿੱਕਤ ਨਾ ਆਵੇ ਤੇ ਬਾਕੀ ਅਪਡੇਟਸ 'ਤੇ ਸਾਨੂੰ ਬਣੇ ਰਹੋ ਜੁੜੇ ਰਹੋ ਚੈਨਲ ਸਬਸਕ੍ਰਾਈਬ ਕਰੋ ਧੰਨਵਾਦ ਦੋਸਤੋ ਸਸਿਕਾ